ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤਾਂ ਜਿਹੜਾ ਪੌਦਾ ਹੈ ਜਿਹਦੇ ਬਾਰੇ ਮੈਂ ਜਾਣਕਾਰੀ ਦੇ ਰਹੀ ਹਾਂ ਉਹ ਹੈ ਹਾਰ ਸ਼ਿੰਗਾਰ। ਹਾਰ ਸ਼ਿੰਗਾਰ ਦਾ ਪੌਦਾ ਬਹੁਤ ਹੀ ਸੋਹਣਾ ਪੌਦਾ ਹੈ ਔਰ ਜਿਹੜੇ ਇਹਨੂੰ ਫੁੱਲ ਲੱਗਦੇ ਆ ਉਹ ਬਾ ਕਮਾਲ ਹੁੰਦੇ ਆ, ਬੜੇ ਸੋਹਣੇ ਹੁੰਦੇ ਆ ਅਤੇ ਇਹਨਾਂ ਵਿੱਚ ਮਹਿਕ ਬਹੁਤ ਕਮਾਲ ਦੀ ਹੁੰਦੀ ਹੈ। ਇਹ ਜਿਹੜੇ ਫੁੱਲ ਹੈ ਇਹ ਰਾਤ ਨੂੰ ਖਿੜਦੇ ਹੈ ਅਤੇ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ ਧੁੱਪ ਚੰਨ ਹੁੰਦਾ ਰਹਿੰਦਾ ਉਵੇਂ ਇਹ ਆਪਣੇ ਟਾਹਣੀਆਂ ਨਾਲੋਂ ਜਿਹੜੇ ਆ ਉਹ ਟੁੱਟ ਜਾਂਦੇ ਆ ਅਤੇ ਥੱਲੇ ਛੱਡ ਜਾਂਦੇ ਆ। ਤਾਂ ਜਿਹੜਾ ਸਵੇਰ ਦੇ ਸਮੇਂ ਜਦੋਂ ਤੁਸੀਂ ਉੱਠੋਗੇ ਤਾਂ ਤੁਸੀਂ ਆਪਣਾ ਵਿਹੜਾ ਜਿਹੜਾ ਫੁੱਲਾਂ ਨਾਲ ਭਰਿਆ ਦੇਖੋਗੇ, ਜਿਵੇਂ ਕਿਸੇ ਨੇ ਫੁੱਲਾਂ ਦੀ ਵਰਖਾ ਕੀਤੀ ਹੋਵੇ। ਦੇਖੋ ਕਿੰਨੇ ਸੋਹਣੇ ਫੁੱਲ ਹੈ, ਆਪਣੇ ਆਪ ਡਿੱਗੀ ਜਾਂਦੇ ਆ ਇਹ ਰਾਤ ਦੇ ਸਮੇਂ ਖਿੜਨ ਵਾਲੇ ਫੁੱਲ ਸਵੇਰ ਨੂੰ ਝੜ ਜਾਂਦੇ ਆ ਅਤੇ ਫਰਸ਼ 'ਤੇ ਫੁੱਲਾਂ ਦੀ ਵਰਖਾ ਕਰਦੇ ਆ। ਮਹਿਕ ਇਹਦੇ ਵਿੱਚ ਬਹੁਤ ਸੋਹਣੀ ਆਉਂਦੀ ਹੈ, ਬਹੁਤ ਪਿਆਰੀ। ਅਤੇ ਜਿਹੜੇ ਇਹਦੇ ਫੁੱਲ ਹੈ ਉਹਨੂੰ ਅਸੀਂ ਖਾ ਵੀ ਸਕਦੇ ਹਾਂ, ਜਿਹੜੇ ਇਹਦਾ ਔਰੇਂਜ ਪਾਰਟ ਆ ਉਹਨੂੰ ਖਾ ਸਕਦੇ ਹਾਂ। ਇਹਦੇ ਨਾਲ ਜਿਵੇਂ ਕਹਿੰਦੇ ਕਿਹਾ ਜਾਂਦਾ ਪੇਟ ਦੀਆਂ ਬਿਮਾਰੀਆਂ ਤੋਂ ਬਹੁਤ ਫਾਇਦੇ ਹੈ, ਪੇਟ ਦੇ ਕੀੜਿਆਂ ਨੂੰ ਇਹ ਜਿਹੜੇ ਹੈਗੇ ਕਿਲ ਕਰਦੇ ਆ। ਇਹਨਾਂ ਫੁੱਲਾਂ ਨੂੰ ਸੁਕਾ ਕੇ ਅਸੀਂ ਚਾਹ ਪੱਤੀ ਜਿਹੜੀ ਹੈਗੀ ਉਹਦੇ ਵਿੱਚ ਪਾ ਲਓ ਅਤੇ ਚਾਹ ਦੇ ਉਹਦੇ ਜਦੋਂ ਚਾਹ ਬਣਾਉਂਦੇ ਅਸੀਂ ਉਹਦੀ ਤਾਂ ਬਹੁਤ ਸੋਹਣੀ ਮਹਿਕ ਆਉਂਦੀ ਹੈ ਚਾਹ ਦੇ ਵਿੱਚੋਂ। ਇਹ ਦੇਖੋ ਤੁਸੀਂ ਦੇਖ ਸਕਦੇ ਹੋ, ਇਹ ਮੈਡੀਸਾਈਨਲ ਪਲਾਂਟ ਹੈ, ਇੱਕ ਪੇਟ ਦੀਆਂ ਬਿਮਾਰੀਆਂ ਲਈ ਬਹੁਤ ਇਹ ਵਧੀਆ ਹੈ। ਪੱਤੇ ਬੜੇ ਸੋਹਣੇ ਹੁੰਦੇ ਆ, ਇਹਨੂੰ ਅਸੀਂ ਆਪਣੀ ਮਰਜ਼ੀ ਨਾਲ ਜਿੰਨਾ ਸਾਡਾ ਦਿਲ ਕਰਦਾ ਅਸੀਂ ਉਸ ਤਰ੍ਹਾਂ ਦਾ ਆਕਾਰ ਦੇ ਸਕਦੇ ਹਾਂ। ਜੇ ਇਹਨੂੰ ਛੋਟਾ ਰੱਖਣਾ ਤਾਂ ਇਹਨੂੰ ਕੱਟ ਕੇ ਬਹੁਤ ਛੋਟਾ ਵੀ ਰੱਖਿਆ ਜਾ ਸਕਦਾ, ਜੇ ਇਹਨੂੰ ਤੁਸੀਂ ਵੱਡਾ ਕਰਨਾ ਚਾਹੁੰਦੇ ਹੋ ਤਾਂ 13-14 ਫੁੱਟ ਦੀ ਉਚਾਈ ਤੱਕ ਇਹ ਵੱਡਾ ਵੀ ਹੋ ਜਾਂਦਾ ਹੈ। ਇਹ ਝਾੜੀ ਰੁੱਖ ਨਹੀਂ ਹੈ ਪਰ ਉਚਾਈ ਇਹਦੀ ਕਾਫੀ ਹੋ ਜਾਂਦੀ ਹੈ ਔਰ ਇਹਨੂੰ ਅਸੀਂ ਰੁੱਖ ਦੀ ਸ਼ਕਲ ਜਿਹੜੀ ਰੁੱਖ ਦਾ ਆਕਾਰ ਵੀ ਬਣਾ ਸਕਦੇ ਹਾਂ। ਇਹਦਾ ਜਿਹੜਾ ਮੁੱਢ ਹੈ ਉਹਨੂੰ ਅਸੀਂ ਥੱਲੋਂ ਟਾਹਣੀਆਂ ਛਾਂਗ ਕੇ ਇਹਦਾ ਇੱਕ ਮੁੱਢ ਰੱਖ ਕੇ ਉੱਪਰ ਛਤਰੀ ਬਣਾ ਸਕਦੇ ਹਾਂ, ਉਹਦੇ ਨਾਲ ਇਹ ਰੁੱਖ ਵਾਂਗ ਲੱਗਦਾ। ਤਾਂ ਇਹ ਆ ਹਾਰ ਸ਼ਿੰਗਾਰ। ਬਹੁਤ ਸਾਰੇ ਮਿੱਥ ਵੀ ਇਸ ਪੌਦੇ ਨਾਲ ਜੁੜੇ ਹੋਏ ਹੈ, ਇਹਨੂੰ ਸਵਰਗ ਦਾ ਪੌਦਾ ਵੀ ਕਿਹਾ ਜਾਂਦਾ ਹੈ। ਇਹ ਦੇਖੋ ਤੁਸੀਂ ਮਹਿਕ ਬਹੁਤ ਸੋਹਣੀ ਆ ਰਹੀ ਹੈ। ਦੇਖੋ ਤੁਸੀਂ ਬੜੇ ਸੋਹਣੇ ਨੂੰ ਫੁੱਲ ਲੱਗਦੇ ਆ ਔਰ ਜਿਹੜੀਆਂ ਕਹਿੰਦੀਆਂ ਬਰਡਸ ਆ ਬਹੁਤ ਸਾਰੀਆਂ। ਦੇਖੋ ਆਹ ਜਿਹੜੀਆਂ ਖਾਲੀ ਹੋਈਆਂ ਪਈਆਂ ਇੱਥੋਂ ਫੁੱਲ ਜਿਹੜੇ ਖਿੜ ਕੇ ਉਹ ਡਿੱਗ ਚੁੱਕੇ ਆ। ਆਹ ਦੇਖੋ ਤੁਸੀਂ ਇਹ ਖਾਲੀ ਹੋਏ ਪਏ ਕੱਪ ਅਤੇ ਇਹ ਜਿਹੜੇ ਹੈਗੇ ਆ ਇਹ ਫੁੱਲ ਖਿੜਨੇ ਆ ਹਜੇ, ਅੱਜ ਰਾਤ ਨੂੰ ਖਿੜਨਗੇ। ਦੇਖੋ ਭਰੇ ਹੋਏ ਆ, ਬਹੁਤ ਰੌਣਕ ਲਾਉਂਦਾ ਇਹ ਜਿਹੜਾ ਹਾਰ ਸ਼ਿੰਗਾਰ ਦਾ ਬੂਟਾ ਸਾਡੇ ਘਰ, ਚਾਰ ਚੰਨ ਲਗਾਉਂਦਾ ਸਾਡੇ ਘਰ ਦੀ ਸੁੰਦਰਤਾ ਨੂੰ। ਪਾਣੀ ਇਹਨੂੰ ਮੋਡਰੇਟ ਚਾਹੀਦਾ, ਨਾ ਬਹੁਤਾ ਜ਼ਿਆਦਾ ਅਤੇ ਨਾ ਬਹੁਤਾ ਘੱਟ। ਇੱਕ ਵਾਰ ਜਦੋਂ ਅਸੀਂ ਇਹਨੂੰ ਲਾਉਣੇ ਆ ਧਰਤੀ ਦੇ ਵਿੱਚ ਤਾਂ ਇਹ ਥੋੜ੍ਹਾ ਜਿਹਾ ਐਡਜਸਟ ਕਰਨ ਨੂੰ ਆਪਣੇ ਆਪ ਨੂੰ ਟਾਈਮ ਲੱਗਦਾ, 6-7 ਮਹੀਨੇ ਖੜ੍ਹਾ ਰਹਿੰਦਾ, ਗਰੋ ਘੱਟ ਕਰਦਾ। ਪਰ ਜਦੋਂ ਇਹ ਗਰੋ ਕਰਦੇ ਨੇ ਜੜ੍ਹਾਂ ਆਪਣੀਆਂ ਜਿਹੜੀਆਂ ਹੈਗੀਆਂ ਮਿੱਟੀ ਦੇ ਵਿੱਚ ਲਾ ਲਈਆਂ
ਅਤੇ ਫਿਰ ਇਹ ਬੜੀ ਤੇਜ਼ੀ ਨਾਲ ਗਰੋ ਕਰਦਾ। ਇਹਨੂੰ ਅਸੀਂ 2 ਸਾਲ ਹੋ ਗਏ, ਦੂਜਾ ਸਾਲ ਆ ਹੁਣ, ਪਹਿਲਾਂ ਖੜ੍ਹਾ ਰਿਹਾ ਬਹੁਤ ਛੋਟਾ ਸੀਗਾ, ਇੱਕਦਮ ਫਿਰ ਇਹਨੇ ਗਰੋ ਕਰਨਾ ਸ਼ੁਰੂ ਕਰਤਾ ਅਤੇ ਹੁਣ ਇਹ ਫੁੱਲਾਂ 'ਤੇ ਆ ਚੁੱਕਿਆ। ਇਹ ਹੈ ਜੀ ਹਾਰ ਸ਼ਿੰਗਾਰ ਦਾ ਬੂਟਾ, ਫੁੱਲ ਦੇਖੋ ਤੁਸੀਂ ਕਿੰਨੇ ਪਿਆਰੇ ਆ। ਘਰੇ ਰੱਖੋ ਇਹਨੂੰ ਅੰਦਰ, ਆਪਣੇ ਫੁੱਲਾਂ ਨੂੰ ਮੈਂ ਸਾਰੇ ਫੁੱਲ ਚੁੱਕ ਕੇ ਅੰਦਰ ਲੈ ਜਾਂਦੀ ਹੁੰਦੀ ਹਾਂ ਤਾਂ ਜਿਹੜਾ ਲੌਬੀ ਆ ਉਹ ਸਾਰੀ ਮਹਿਕ ਨਾਲ ਭਰ ਜਾਂਦੀ ਹੈ। ਇਹ ਦੇਖੋ ਅੱਜ ਲਈ ਇੰਨਾ ਹੀ, ਕੱਲ੍ਹ ਨੂੰ ਨਵੀਂ ਵੀਡੀਓ ਬਣਾਵਾਂਗੀ। ਥੈਂਕਸ ਫੋਰ ਵਾਚਿੰਗ ਐਂਡ ਟੇਕ ਕੇਅਰ।